ਇਹ ਸ਼ਾਫਟ ਲੱਗੀ ਹੋਈ ਆ ਪੁਲੀ ਅਤੇ ਬੈਲਟ ਚੜਾਇਆ ਇਹਨਾਂ ਨੇ ਪੁਲੀ 'ਤੇ ਅਤੇ ਇਸ ਜਗ੍ਹਾ 'ਤੇ ਟਰੈਕਟਰ ਲਗਾਉਣਾ। ਟਰੈਕਟਰ ਲਗਾਉਣ ਤੋਂ ਬਾਅਦ ਇਹ ਬੈਲਟ ਜਾਂਦਾ ਨੀਚੇ ਇਸ ਬੋਰ ਨੂੰ 7-8 ਦਾ ਪੱਖਾ ਇਹਦੇ ਵਿੱਚੋਂ ਹੀ ਦੂਸਰੀ ਪੁਲੀ ਆ। ਦੂਸਰੀ ਪੁਲੀ 'ਤੇ ਬੈਲਟ ਜਿਹੜਾ ਵਾ ਉਹ ਇਸ ਤੋਂ ਅਗਲੇ ਬੋਰ ਨੂੰ ਜਾਂਦਾ ਦੂਸਰੀ ਸਾਈਡ ਨੂੰ। ਇੱਧਰੋਂ ਹੋ ਕੇ ਅਤੇ ਇੱਥੋਂ ਨੀਚਿਓਂ ਹੀ ਇਸ ਬੋਰ 'ਤੇ ਆ ਜਾਂਦਾ। ਇਸ ਬੋਰ 'ਤੇ ਲੱਗਿਆ ਹੋਈ ਇਹ 5-6 ਦਾ ਪੱਖਾ ਹੈ ਜਿਹੜਾ ਹਾਂਜੀ। ਬਹੁਤ ਸਾਰੀਆਂ ਮਿੰਤਾਂ ਤੋਂ ਬਾਅਦ ਬੰਦੇ ਮਨ 'ਤੇ ਗਏ ਵੀ ਚਲਾ ਕੇ ਦਿੰਦੇ ਹਾਂ ਟਰੈਕਟਰ ਲਿਆਉਂਦੇ ਹਾਂ ਅਤੇ ਉਹ ਭਾਈ ਟਰੈਕਟਰ ਲੈ ਕੇ ਆ ਰਿਹਾ ਨਿਕਲਦਾ ਆ, ਦੇਖਦੇ ਹਾਂ ਕਿਹੜਾ ਟਰੈਕਟਰ ਆ, ਫਿਰ ਤੁਹਾਨੂੰ ਦੱਸਦੇ ਹਾਂ, ਸਾਰਾ ਕੁਛ ਦਿਖਾਉਂਦੇ ਵੀ ਹਾਂ ਨਾਲੇ। ਅਤੇ ਜਿਹਨਾਂ ਵੀ ਰਿਹਾ ਮੇਰਿਆਂ ਨੇ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰ ਲਓ, ਨਾਲ ਲੱਗੇ ਘੰਟੀ ਦੇ ਨਿਸ਼ਾਨ ਵੀ ਦਬਾ ਲਓ। ਅਸੀਂ ਇੱਦਾਂ ਦੀਆਂ ਹੀ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਉਂਦੇ ਰਹਾਂਗੇ, ਤੁਹਾਨੂੰ ਦਿਖਾਉਂਦੇ ਰਹਾਂਗੇ ਅਤੇ ਤੁਸੀਂ ਚੰਗੇ ਚੰਗੇ ਕਮੈਂਟ ਕਰਕੇ ਸਾਡਾ ਮਾਣ ਵਧਾਉਂਦੇ ਰਹੋ। ਕਿਉਂ ਕਿਉਂ ਮੈਂ ਕਾਲ ਕਰਦਾ ਜੀ। ਹੈਲੋ, ਮੈਂ ਕਿਹਾ ਮੈਂ ਕਾਲ ਕਰਦਾ ਇੱਕ ਮਿੰਟ ਫੜ ਜਾਓ।
लो जी चल गया बोर, पानी चेक करो फिर। ਚੰਗਾ ਪਾਣੀ ਕੱਢਦਾ ਨਹਿਰ ਜਿਹੜੇ ਜਿਹੜੇ ਖੜੇ ਆ ਦੇਖੋ ਜੀ ਦੋਨਾਂ ਸਾਈਡਾਂ ਤੋਂ ਪਟੇ, ਇੱਕ ਸਾਈਡ ਤੋਂ ਪਟਾ ਰਿਹਾ ਕਾਫੀ ਵਾਲੀ ਸਾਈਡ ਤੋਂ ਅਤੇ ਦੂਸਰੀ ਸਾਈਡ ਤੋਂ ਜਿਹੜਾ ਜਾ ਰਿਹਾ ਵਾ ਇਸ ਸਾਈਡ 'ਤੇ, ਇਹ ਜਾ ਰਿਹਾ ਇਸ ਟਿਊਬਵੈੱਲ ਵਾਲੀ ਸਾਈਡ 'ਤੇ ਅਤੇ ਇਸ ਛੋਟੇ ਬੋਰ ਵਾਲੀ ਸਾਈਡ 'ਤੇ। ਪਾਣੀ ਚੈੱਕ ਕਰੋ, ਪਾਣੀ ਵੀ ਬੜਾ ਪਾਣੀ ਹੈ ਯਾਰ, ਬਹੁਤ ਪਾਣੀ ਹੈ। ਸਾਡੇ ਵਾਸਤੇ ਚਲਾਇਆ ਸੀ ਬੋਰ ਉਹਨਾਂ ਨੇ, ਬਸ ਬੜੀ ਬੜੀ ਮਿਹਰਬਾਨੀ ਇਹਨਾਂ ਦੀ, ਬੰਦ ਕਰ ਦੇਣ ਲੱਗੇ ਆ ਹੁਣ। ਇਹ ਹੀ ਅੱਜ ਦੀ ਵੀਡੀਓ ਇੰਨੀ ਸਹੀ,
ਹਾਂਜੀ ਕਿੱਦਾਂ ਲੱਗੀ ਫਿਰ ਅੱਜ ਦੀ ਵੀਡੀਓ, ਕਮੈਂਟ ਕਰਕੇ ਜ਼ਰੂਰ ਦੱਸਿਓ। ਅਤੇ ਜਿਨ੍ਹਾਂ ਨੇ ਹਾਲੇ ਤੱਕ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਰੇ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀਆਂ ਸਾਰੀਆਂ ਵੀਡੀਓ ਤੁਹਾਨੂੰ ਮਿਲਦੀਆਂ ਰਹਿਣ। ਅਗਲੀ ਵੀਡੀਓ ਤੱਕ ਅੱਲਾ ਹਾਫਿਜ਼।